ਦੇਸ਼ਭਰ ਵਿੱਚ ਟ੍ਰੈਫਿਕ ਤੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਈ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ। ਅਜਿਹੀ ਹੀ ਇੱਕ ਕਾਢ ਹੈ ਇਲੈਕਟ੍ਰਿਕ ਫਲਾਇੰਗ ਟੈਕਸੀ। ਇਹ ਨਾ ਸਿਰਫ ਪ੍ਰਦੂਸ਼ਣ ਨੂੰ ਖਤਮ ਕਰੇਗੀ ਸਗੋਂ ਹੈਲੀਕਾਪਟਰਾਂ ਨਾਲ ਹੋਣ ਵਾਲੇ ਆਵਾਜ਼ ਦੇ ਪ੍ਰਦੂਸ਼ਣ ਨੂੰ ਵੀ ਖਤਮ ਕਰੇਗੀ। ਅਜਿਹਾ ਹੀ ਇੱਕ ਪ੍ਰੋਜੈਕਟ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨਵੀਂ ਦਿੱਲੀ ਨੂੰ ਸੌਂਪਿਆ ਗਿਆ ਹੈ। ਇਸ ਨੂੰ ਡਿਜ਼ਾਈਨ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ DGCA ਅਤੇ POA ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। ਜਲਦ ਹੀ ਇਸ ਪ੍ਰੋਜੈਕਟ ਲਈ ਯੂਨਿਟਾਂ ਦੀ ਸਥਾਪਨਾ ਦਾ ਕੰਮ ਸ਼ੁਰੂ ਹੋ ਜਾਵੇਗਾ। ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਲਾਇੰਗ ਟੈਕਸੀ ਸਰਵਿਸ ਜਲਦ ਹੀ ਸ਼ੁਰੂ ਹੋਣ ਵਾਲੀ ਹੈ, ਜਿਸ ਨਾਲ ਘੰਟਿਆਂ ਦਾ ਸਫ਼ਰ ਕੁਝ ਹੀ ਮਿੰਟਾਂ ਵਿੱਚ ਤੈਅ ਹੋ ਜਾਵੇਗਾ। ਮੋਹਾਲੀ ਵਿੱਚ ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਲਾਇੰਗ ਟੈਕਸੀ ਬਣੇਗੀ। ਇਹ ਪ੍ਰੋਜੈਕਟ ਸਟਾਰਟਅਪ ਇੰਡੀਆ ਤਹਿਤ ਸ਼ੁਰੂ ਕੀਤਾ ਗਿਆ ਹੈ। ਇਸ ਸੰਬੰਧੀ ਮੀਟਿੰਗਾਂ ਪੰਜਾਬ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਨੇ। ਮੋਹਾਲੀ ਵਿੱਚ ਇਸ ਏਅਰ ਟੈਕਸੀ ਦੇ ਨਿਰਮਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਜੇਕਰ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ ਤਾਂ ਦੇਸ਼ ਵਿੱਚ ਇਹ ਪਹਿਲੀ ਨਿਰਮਿਤ ਏਅਰ ਟੈਕਸੀ ਹੋਵੇਗੀ। ਇਸ ਇਲੈਕਟ੍ਰਿਕ ਟੈਕਸੀ ਦੀ ਲੰਬਾਈ 7.5 ਮੀਟਰ ਹੋਵੇਗੀ। ਇਸ ਨੂੰ ਕਮਰਸ਼ੀਅਲ ਬਿਲਡਿੰਗ 'ਤੇ ਵੀ ਪਾਰਕ ਕੀਤਾ ਜਾ ਸਕਦਾ ਹੈ। ਇਸ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਦੀ ਲੋਡ ਸਮਰੱਥਾ 700 ਕਿਲੋਗ੍ਰਾਮ ਹੋਵੇਗੀ। ਈ ਵੀਲਰ ਦਾ ਵਜ਼ਨ 1400 ਕਿਲੋਗ੍ਰਾਮ ਹੈ। ਇੱਕ ਵਾਰ ਚਾਰਜ ਕਰਨ 'ਤੇ 1.5 ਘੰਟਾ ਇਹ ਸਫ਼ਰ ਤੈਅ ਕਰੇਗੀ। ਇਹ ਏਅਰ ਟੈਕਸੀ 6500 ਮੀਟਰ ਦੀ ਉਚਾਈ 'ਤੇ ਚੱਲੇਗੀ। ਹੈਲੀਕਾਪਟਰ ਅਤੇ ਏਅਰ ਟੈਕਸੀ ਵਿੱਚ ਫਰਕ ਇਹ ਹੋਵੇਗਾ ਕਿ ਜਿੱਥੇ ਹੈਲੀਕਾਪਟਰ ਆਵਾਜ਼ ਪ੍ਰਦੂਸ਼ਣ 90 ਤੋਂ 100 ਡੈਸੀਮਲ ਕਰਦਾ ਹੈ, ਉੱਥੇ ਏਅਰ ਟੈਕਸੀ ਦਾ ਆਵਾਜ਼ ਪੋਲਿਊਸ਼ਨ 55 ਤੋਂ 60 ਡੈਸੀਮਲ ਤੱਕ ਹੋਵੇਗਾ। ਹੈਲੀਕਾਪਟਰ ਜਿੱਥੇ ਬਿਨਾਂ ਪਾਇਲਟ ਤੋਂ ਨਹੀਂ ਚੱਲਦਾ, ਇਹ ਆਟੋ ਪਾਇਲਟ ਦੇ ਕੇ ਉਡਾਣ ਭਰੇਗਾ। ਐਮਰਜੈਂਸੀ ਲਈ ਪੈਰਾਸ਼ੂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।